लेंसर गड्डी दे विचो सप निकलिया ते उस तो बाद थार गड्डी च वड़ गया। 3 फुट का सप सीगा ਬਾਈ ਜੀ। ਅਸੀਂ ਆ ਕੇ ਗੱਡੀ ਪਾਰਕ ਕਰੀ ਸੀਗੀ ਇੱਥੇ, ਜਦ ਅਸੀਂ ਗੱਡੀ 'ਚ ਉਤਰੇ ਸਾਨੂੰ ਬਾਈ ਨੇ ਸਾਹਮਣੇ ਦੱਸਤਾ, ਕਹਿੰਦਾ ਬਾਈ ਜੀ ਤੁਹਾਡੀ ਗੱਡੀ ਥੱਲੇ ਸੱਪ ਆ ਹੈਗਾ ਸੀਗਾ, ਕਰੀਬ 1.5 ਤੋਂ 2 ਫੁੱਟ ਦਾ। ਉਸ ਤੋਂ ਬਾਅਦ ਫਿਰ ਇਹਨਾਂ ਨੇ ਬੰਗਾਲੇ ਨੂੰ ਬੁਲਾ ਲਿਆ ਸੀਗਾ, ਉਹਨਾਂ ਨੇ ਆਪਣੇ ਕੋਲੋਂ ਆ ਕੇ ਇੱਕ ਹੋਰ ਸੱਪ ਦਿਖਾ ਦਿੱਤਾ। ਹਾਂ, ਦੋ ਸੱਪ ਦਿਖਾ ਦਿੱਤੇ ਇਹਨਾਂ ਨੇ, ਨਿਕਲਿਆ ਤਾਂ ਇੱਕ ਸੀਗਾ ਕਾਲੇ ਰੰਗ ਦਾ, ਉਹਨਾਂ ਨੇ ਆ ਕੇ 2 ਦਿਖਾ ਦਿੱਤੇ। ਅਸੀਂ ਤਾਂ ਗੱਡੀ ਕੋਲੇ ਰਸ਼ ਦੇਖਿਆ ਤੇ ਅਸੀਂ ਉਧਰੋਂ ਆ ਰਹੇ ਸੀ, ਸਾਨੂੰ ਤਾਂ ਉਹਨਾਂ ਨੇ ਕਿਹਾ ਵੀ ਉਹ ਦੂਸਰੀ ਗੱਡੀ 'ਚ ਸੱਪ ਆਇਆ ਤੇ ਤੁਹਾਡੀ ਗੱਡੀ ਦੇ ਨੀਚੇ ਚਲਾ ਗਿਆ ਤੇ ਅਸੀਂ ਸਪੇਰੇ ਬੁਲਾਏ ਸੀ, ਉਹ ਆਪਣੇ ਕੋਲੇ ਕਦੇ ਛੋਟਾ ਜਿਹਾ ਕੱਢਦਾ ਕਦੇ ਵੱਡਾ ਕੱਢਦਾ, ਮਤਲਬ ਜੋ ਚੀਜ਼ ਐਕਚੁਅਲ 'ਚ ਹੈਗੀ ਸੀ ਉਹ ਨਿਕਲੀ ਨਹੀਂ, ਉਹ ਸਾਨੂੰ ਮਿਲੀ ਨਹੀਂ ਹੈਗੀ ਜੋ ਐਕਚੁਅਲ ਦੇਖੀ ਸੀ। ਜਿਹੜੇ ਮੁੰਡੇ ਨੇ ਉਹ ਕਹਿੰਦਾ ਵੀ ਉਹ ਇਹ ਨਹੀਂ ਕੱਢ ਰਹੇ, ਇਹ ਆਪਣੇ ਕੋਲ ਡਰਾਮੇ ਕਰੀ ਜਾਂਦੇ ਆ। ਜਰਗ ਤੋਂ ਜੀ, ਮੇਰੀ ਸਿਸਟਰ ਹੈ ਜੀ, ਮੇਰਾ ਬੱਚਾ ਹੈ ਤੇ ਮੇਰੀ ਬੇਟੀ ਹੈ। ਨਹੀਂ ਦੇਖਦੇ ਹਾਂ ਸਰ, ਹੁਣ ਜਾਂ ਤਾਂ ਮਹਿੰਦਰਾ 'ਚ ਗੱਲ ਕਰਦੇ ਹਾਂ ਵੀ ਇਹਦੇ ਅੰਦਰ ਜਾ ਸਕਦਾ ਅਤੇ ਕੋਈ ਚੀਜ਼ ਅੰਦਰ ਜਾ ਸਕਦੀ ਹੈ, ਜੇ ਉਹ ਕਹਿਣਗੇ ਵੀ ਨਹੀਂ ਜਾ ਸਕਦੀ ਫਿਰ ਤਾਂ ਗੱਡੀ ਲੈ ਜਾਵਾਂਗੇ ਅਸੀਂ, ਨਹੀਂ ਫਿਰ ਛੱਡ ਕੇ ਜਾਣੀ ਪੈਣੀ ਹੈ। ਕੋਈ ਸਕੈਨ ਕਰਾ ਕੇ ਦੇਖਦੇ ਹਾਂ ਗੱਡੀ ਕਿਸ ਤਰ੍ਹਾਂ ਕੀ। ਬਾਈ ਜੀ ਅਸੀਂ ਆ ਕੇ ਗੱਡੀ ਪਾਰਕ ਕਰੀ ਸੀਗੀ ਇੱਥੇ, ਜਦ ਅਸੀਂ ਗੱਡੀ 'ਚ ਉਤਰੇ ਸਾਨੂੰ ਬਾਈ ਨੇ ਸਾਹਮਣੇ ਦੱਸਤਾ, ਕਹਿੰਦਾ ਬਾਈ ਜੀ ਤੁਹਾਡੀ ਗੱਡੀ ਥੱਲੇ ਸੱਪ ਆ। ਜਦ ਅਸੀਂ ਗੱਡੀ ਤੋਂ ਥੱਲੇ ਉਤਰਿਆ ਮੈਂ ਅਤੇ ਉਹ ਕਾਲੇ ਰੰਗ ਦਾ ਸੀਗਾ ਫਣ ਵਾਲਾ ਸੱਪ ਅਤੇ ਹਾਂਜੀ ਹੈਗਾ ਸੀਗਾ ਕਰੀਬ 1.5 ਤੋਂ 2 ਫੁੱਟ ਦਾ। ਹਾਂਜੀ ਹਾਂਜੀ, ਉਸ ਤੋਂ ਬਾਅਦ ਫਿਰ ਇਹਨਾਂ ਨੇ ਬੰਗਾਲੇ ਨੂੰ ਬੁਲਾ ਲਿਆ ਸੀਗਾ, ਉਹਨਾਂ ਨੇ ਆਪਣੇ ਕੋਲੋਂ ਆ ਕੇ ਇੱਕ ਹੋਰ ਸੱਪ ਦਿਖਾ ਦਿੱਤਾ। ਹਾਂ, ਦੋ ਸੱਪ ਦਿਖਾ ਦਿੱਤੇ ਇਹਨਾਂ ਨੇ, ਨਿਕਲਿਆ ਤਾਂ ਇੱਕ ਸੀਗਾ ਕਾਲੇ ਰੰਗ ਦਾ, ਉਹਨਾਂ ਨੇ ਆ ਕੇ 2 ਦਿਖਾ ਦਿੱਤੇ। ਕਿਹੜੀ ਗੱਡੀ 'ਚ? ਮੇਰੇ ਕੋਲ ਵੀਰੇ ਲੈਂਸਰ ਗੱਡੀ ਆ, ਆ ਕੇ ਥਾਰ ਦੇ ਥੱਲੇ ਵੜ ਗਿਆ। ਉਹ ਤੋਂ ਬਾਅਦ ਹਲੇ ਤੱਕ ਪਤਾ ਨਹੀਂ ਲੱਗਿਆ, ਇਹਨਾਂ ਨੇ ਆ ਕੇ 2 ਸੱਪ ਦਿਖਾ ਦਿੱਤੇ ਫੜ ਕੇ, ਉਹ ਸੱਪ ਤਾਂ ਇੱਕ ਸੀਗਾ ਕਾਲੇ ਰੰਗ ਦਾ ਪਰ ਇਹਨਾਂ ਨੇ 2 ਹੋਰੇ ਦਿਖਾ ਦਿੱਤੇ। ਹਾਂਜੀ ਹਾਂਜੀ, ਉਹ ਐਂ ਵੀਰੇ ਉਹਨਾਂ ਦੇ ਨਾਲ ਫੈਮਿਲੀ, ਉਹਨਾਂ ਦੇ 4-5 ਜਣੇ ਨੇ, ਉਹ ਕੋਈ ਨੁਕਸਾਨ ਨਾ ਹੋ ਜਾਵੇ। ਅੱਛਾ, ਹੁਣ ਤਾਂ ਨਹੀਂ ਬੈਠਣੀ ਦੇ ਵਿੱਚ? ਨਹੀਂ ਨਹੀਂ, ਉਹ ਗੱਡੀ ਇੱਥੇ ਛੱਡ ਕੇ ਜਾ ਰਹੇ ਨੇ। ਹਾਂਜੀ ਹਾਂਜੀ, ਉਹ ਗੱਡੀ ਹੋਰ ਲੈ ਕੇ ਆ ਰਹੇ ਨੇ। ਹਾਂਜੀ ਹਾਂਜੀ, ਮੇਰਾ ਨਾਮ ਹੈਗਾ ਵਿਵੇਕ ਸ਼ਰਮਾ। ਇਹਦੇ ਲੈਂਸਰ ਗੱਡੀ ਦੇ ਵਿੱਚੋਂ ਸੱਪ ਨਿਕਲਿਆ ਅਤੇ ਉਸ ਤੋਂ ਬਾਅਦ ਥਾਰ ਗੱਡੀ 'ਚ ਵੜ ਗਿਆ। 3 ਫੁੱਟ ਦਾ ਸੱਪ ਸੀਗਾ, ਸੱਪ ਸੀਗਾ 1 ਅਤੇ ਉਹਨੇ ਕੱਢਤੇ 2, ਠੀਕ ਆ। ਇਸ ਕਰਕੇ ਅਸੀਂ ਉਹਨੂੰ ਫੈਮਿਲੀ ਨੂੰ ਜਾਣ ਨਹੀਂ ਦਿੱਤਾ ਹੈਗਾ ਵੀ ਉਹਦੇ ਵਿੱਚ ਉਹਦੇ ਬੱਚੇ ਬੈਠੇ ਨੇ ਅਤੇ ਮਤਲਬ ਪਰਿਵਾਰ ਆ, ਉਹ ਆਪਣੀ ਗੱਡੀ ਹਨੂਰੀ ਛੱਡ ਕੇ ਚੱਲੇ ਨੇ। ਅਸੀਂ ਉਹਨੂੰ ਕਿਹਾ ਵੀਰ ਨੂੰ ਵੀ ਤੂੰ ਜਾਣ ਆ ਵੀ ਤਾਂ ਕਰਕੇ ਵੀ ਤੇਰੀ ਫੈਮਿਲੀ ਆ।